ਇਹ ਤੱਕੋ ਜੀ ਬਚੀ ਗਿਆ ਸੁੱਕਾ ਸਣਾ, ਸੁੱਕਾ ਸਣਾ ਬਚਿਆ ਕਿ ਇਹ ਤੱਕੋ ਨਾ ਲਗੇ ਪੁਟਕਾਰ ਇਹਨਾਂ ਜਵਾਬ ਜੁੱਠੇ ਜੁੱਠੇ ਤਾਂ ਗਏ ਨਾ ਕੰਮ ਹੋਈ ਜਾ। بسم اللہ الرحمن الرحیم، السلام علیکم ویورز، میں عتیق الرحمان اور تسوں تکریر اپنا یوٹیوب چینل کشمیر علاقہ، امید کرنا ٹھیک ٹھاک اسو، خیریت نہ اسو اور خوش باش اسو، اللہ تعالیٰ سے حفظ و مانج رکھا اور اس کورونا جیسی بری وبا سو محفوظ رکھا۔ تو اج نے ولاگ نہ میں کرنا ہے آغاز، میں جائی رہی سکم میں پر اسے دسنا ہے آ رہا نہ لگاوا، سامان سارا تیار ہے اور میں خود بھی تیار ہوں، وردی شردی لائی ہے۔ تو ہوں میں چلسا، میں ساولہ جانا ہے کمے پر لکڑیاں کٹنے واسطے، تو ہوں اتنے چلسا تصویر جلدی تو اتنے گپ شپ ہو سی نال میں چلو دسنے تسان کی ویڈیو کی لاسٹ تک ضرور تکے۔ فائنلی میں پہنچی ہیں جتھے ساولہ آشنا سا، جس جگہ آپ لکڑیاں کٹنی ہیں تکی سکنے ہو، یہ ساولے نا گراں سارا۔ میں نیچے موٹر سائیکل چیزاں لائی رکھی چکے ہیں، تو ہوں اصا اگے جاساں جس جنگل جانا یا لکڑی شکڑیاں کٹنی اتنا جاساں، تو پھر اتنے جلدی تھی دسنے ہاں، یہ سارا ٹوٹل ساولے نا گراں تکی سکنے ہو۔ میں ہوں پہنچی ہاں جس جنگل یا تکی سکنے ہو، اس جنگل پہنچی ہاں، ہوں انتظار ہونا پیا مالکا نا کہ مالک سن دسن کہ کہڑا شرا بوٹا کٹنا یا چیزاں چیزاں میں ساری تیار کری رکھی ہوں، آرا شرا تیار آ، بس خالی ہوں انتظار نا یہ ہے کہ پتا چلا کہڑا درخت کٹنا یا تو پھر اسی کٹ سو انشاءاللہ۔ مڈ رکھتا کالی شان ہاتھ چیر تار پوچھنے ہو جی، کپڑے کپڑے دو لکڑیاں نال ڈاب سی تے نال پاڑ سا، میں پڑا پر رکھا پیر نا چیا پونیاں وچ، یہ بوٹے شوٹے کھلن گے، بوٹ شوٹ بھی سجی گے، تے یہ تکڑا پانی نچونے جو آیا وا سارا سجی گیا، لگی بھی بڑی سختی، میں تکڑا لگے پٹکار انہیں جواب
ਜੁੱਠੇ ਜੁੱਠੇ ਤਾਂ ਗਏ ਨਾ, ਕੰਮ ਹੋਈ ਗਿਆ। ਇਹ ਬਚੀ ਗਿਆ ਸਰ, ਅੱਲਾ ਕਿਤਾਬ ਬਚੀ ਗਿਆ। ਇਹ ਤਾਂ ਕਹਿ ਸਕਦੇ ਹਾਂ ਜੀ, ਫਾਈਨਲੀ ਅਸਾਂ ਲੱਕੜੀਆਂ ਛੱਕੜੀਆਂ ਕੱਪੀਆਂ ਹੀ ਆ, ਇਹ ਸਾਰੇ ਬਾਂਸ ਵੀ ਕੱਪੇ ਔਰ ਕੁਝ ਲੱਕੜੀਆਂ ਇਸ ਸਾਈਡ ਕੱਪੀਆਂ ਪੀਆਂ ਵਾ, ਇਹ ਬਾਂਸ ਸੱਤ ਅੱਠ ਬਾਂਸ ਵੀ ਕੱਪੇ ਔਰ ਕੁਝ ਇਸ ਪਾਸੇ ਪਏ ਵੇ, ਸਾਫ ਸਾਫ ਵੀ ਕੀਤੇ ਅਤੇ ਇਹ ਲੱਕੜੀਆਂ ਕੁਝ ਇਸ ਸਾਈਡ ਪਰ ਪਈਆਂ ਵਾ ਔਰ ਕੁਝ ਉਧਰ ਨੀਚਾ ਜੇ ਪਈਆਂ ਵਾ, ਉਹ ਉੱਪਰ ਨਹੀਂ ਆਉਂਦੀਆਂ ਨੇ। ਅਤੇ ਮਾਸ਼ਾਅੱਲਾ ਅੱਛਾ ਹੀ ਦਿਹਾੜ ਗੁਜ਼ਰੀ ਗਈ ਹੈ। ਇਹ ਤਾਂ ਕਹਿ ਸਕਦੇ ਹਾਂ ਮਾਸ਼ਾਅੱਲਾ ਬਾਂਸ ਯਕੀਨ ਕਰੋ ਬਹੁਤ ਖੂਬਸੂਰਤ ਲੱਗਣੇ ਸੀ। ਮੈਂ ਚਲੋ ਤੁਸਾਂ ਕਿ ਵੀ ਦੱਸੀ ਛੋੜਨਾ ਇਹਨਾਂ ਨਾਲ ਇੱਕ ਵਿਊ ਬੜਾ ਖੂਬਸੂਰਤ ਆ ਔਰ ਖੂਬਸੂਰਤੀ ਯਕੀਨ ਕਰ ਸੋ ਜਿਹੜਾ ਕੈਮਰਾ ਉੱਪਰ ਮੈਂ ਖੜਸਾ ਨਾ ਤੁਸਾਂ ਤਾਂ ਕੀ ਕਹਿੰਦੇ ਕਿ ਕਿਤਨੇ ਖੂਬਸੂਰਤ ਲੱਗਣੇ ਆਪਣੂੰ, ਇਹ ਤੱਕ ਨਾ ਕਿਤਨੇ ਯਕੀਨ ਕਰੋ ਖੂਬਸੂਰਤ ਲੱਗੀ ਰਿਹਾ ਮਾਸ਼ਾਅੱਲਾ। ਇਹ ਤੱਕੋ ਜੀ ਬਚੀ ਗਿਆ ਸੁੱਕਾ ਸਣਾ, ਸੁੱਕਾ ਸਣਾ ਬੱਚਿਆਂ ਕਿ ਯਕੀਨ ਕਰੋ ਕਿ ਢਿੱਠਾਂ ਅਤੇ ਲਗਾ ਨਾ ਇੱਥੇ ਖੁੰਗਰਾ ਅਤੇ ਬੜਾ ਡਾਢਾ ਲਗਾ ਇਸ ਜਗ੍ਹਾ ਪਰ। ਇਹ ਹੈਗਾ ਜ਼ਖਮ ਥੋੜ੍ਹਾ ਜਿਹਾ ਆ, ਬਚੀ ਗਿਆ ਕੰਮ ਸ਼ਮ ਮੈਂ ਮੰਗਾਈ ਚੁੱਕੇ ਹਾਂ, ਤਾਂ ਕਹਿ ਸਕਦੇ ਹੋ ਲੱਕੜੀਆਂ ਛੱਕੜੀਆਂ ਕੱਪੀਆਂ ਕਾਫੀ ਸਾਰਾ ਹੁਣ ਬੰਦੇ ਸ਼ੰਦੇ ਕੰਮ ਮੁਕਾ ਹੀ ਰਿਹਾ, ਤਾਂ ਮੈਂ ਵੀ ਹੁਣ ਮੁਕਾਈ ਅਤੇ ਕੰਮ ਹੁਣ ਜੁੱਸਾਂ, ਦੁਪਹਿਰ ਨਾਲ ਟਾਈਮ ਹੋਈ ਗਿਆ। ਉਮੀਦ ਕਰਨਾ ਤੁਸੀਂ ਵੀਡੀਓ ਜ਼ਰੂਰ ਪਸੰਦ ਆਈ ਹੋਸੀ ਅਤੇ ਕਾਫੀ ਕੰਮ ਸ਼ਮ ਅੱਜ ਹੋਇਆ ਅਤੇ ਮੌਸਮ ਵੀ ਅੱਜ ਜ਼ਬਰਦਸਤ ਹੈ, ਝਾੜ ਛੜ ਪੈਣਾ ਕੜੀ ਨਿੰਮੁੱਲ ਹੋਣਾ ਆ। ਅਤੇ ਉਮੀਦ ਕਰਨਾ ਤੁਸੀਂ ਵੀਡੀਓ ਜ਼ਰੂਰ ਪਸੰਦ ਆਈ ਹੋਸੀ। ਜ਼ਿੰਦਗੀ ਨੇ ਮਾਮਲਾਤ ਸਾੜੇ ਇਹ ਕੁਝ ਕੰਮ ਸ਼ਮ ਕਰਨੇ ਚਾਹੀਦੇ ਨੇ ਔਰ ਖਾਸ ਕਰੀ ਆ ਰਹੇ ਨਾ ਕੰਮ ਅਗਰ ਕੋਈ ਬੰਦਾ ਕਰਨਾ ਆ ਤਾਂ ਉਹ ਸੇਫਟੀ ਲਾਜ਼ਮੀ ਕਰੇ ਔਰ ਦੇਸੀ ਸ਼ੇਸੀ ਕੱਪੜੇ ਲਾਏ ਤਾਂ ਇਹ ਕੰਮ ਨਹੀਂ ਕਰਨਾ ਚਾਹੀਦਾ ਕਿ ਜਿਹੜੀ ਕਮੀਜ਼ ਹੋਣੀ ਸ਼ਲਵਾਰ ਹੋਣੀ ਉਹ ਖੁੱਲ੍ਹੀ ਹੋਣੀ ਆ ਨਾ, ਅਤੇ ਜਿਲ੍ਹਾ ਇਹ ਜੇ ਕੰਮ ਪਰ ਰੱਖੋ ਤਾਂ ਇਹ ਆ ਰਹਾ ਕੋਈ ਪਤਾ ਨਹੀਂ ਹੋਣਾ ਕੋਈ ਕੱਪੜਾ ਵਿੱਚ ਫਸੀ ਜਾ ਅਤੇ ਇਸ ਤਰੀਕੇ ਨਾਲ ਕੋਈ ਹੋਰ ਨੁਕਸਾਨ ਹੋ ਜਾ। ਅਲਹਮਦੁਲਿਲਾ ਮੈਂ ਤਕਰੀਬਨ ਸਾਲ ਹੋਈ ਗਿਆ ਇਸ ਤਰੀਕੇ ਨਾਲ ਵਾਕਿਆ ਨਹੀਂ ਹੋਇਆ, ਮਗਰ ਟੇਣੇ ਛੇਣੇ ਰਹਿਣੇ ਆ ਅੱਜ ਵੀ ਢਿੱਠਾਂ ਨਾਲ ਜਿਲ੍ਹਾ ਪਾਣੀ ਹੈ ਯਕੀਨ ਕਰ ਸੋ ਸਾਰਾ ਸਿੱਝੀ ਗੁਲੀ ਗਿਆ ਸਾਂ ਤਾਂ ਹੁਣ ਧੁੱਪ ਛੁੱਪ ਲੱਗਣੀ ਰਹੀ ਹੈ ਤਾਂ ਮੁੜੀ ਸੁੱਕੀ ਗਿਆ। ਅਤੇ ਉਮੀਦ ਕਰ ਸਾਂ ਤੁਸੀਂ ਵੀਡੀਓ ਜ਼ਰੂਰ ਪਸੰਦ ਆਈ, ਅਸੀਂ ਵੀਡੀਓ ਅਗਰ ਪਸੰਦ ਆਈ ਹੈ ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਕਮੈਂਟਸ ਕਰੋ ਔਰ ਅਗਰ ਇਸ ਚੈਨਲ ਪਰ ਨਏ ਹੋ ਤਾਂ ਚੈਨਲ ਕੇ ਸਬਸਕ੍ਰਾਈਬ ਕਰੀ ਕਿ ਨੋ ਔਰ ਬੈਲ ਆਈਕਨ ਕੇ ਪ੍ਰੈਸ ਕਰੋ ਤਾਂ ਕਿ ਜਿਹੜੀਆਂ ਲੇਟੈਸਟ ਵੀਡੀਓ ਉਹਨਾਂ ਨੋਟੀਫਿਕੇਸ਼ਨ ਤੁਸਾਂ ਦੀਆਂ ਪਹੁੰਚੀ ਛਾ। ਉਮੀਦ ਹੈ ਕਿ ਤੁਸੀਂ ਇਹ ਕੰਮ ਜ਼ਰੂਰ ਕਰ ਸੋ ਅਤੇ ਇਨਸ਼ਾਅੱਲਾ ਤੁਸਾਂ ਨਾਲ ਜ਼ਿੰਦਗੀ ਰਹੀ ਅਤੇ ਫਿਰ ਮੁਲਾਕਾਤ ਹੋਸੀ ਅਗਲੀ ਵੀਡੀਓ ਵਿੱਚ, ਤਬ ਤੱਕ ਮੀ ਦਿਓ ਇਜਾਜ਼ਤ, ਅੱਲਾ ਸੋਹਣੇ ਨੇ ਵਾਲਾ।